ਬਟਾਲਾ ਦੇ ਗੁਰਦਾਸਪੁਰ ਰੋਡ ਤੇ ਇੱਕ ਨੌਜਵਾਨ ਮਹਿਲਾ ਦਾ ਪਰਸ ਖੋ ਕੇ ਫਰਾਰ ਹੋ ਗਿਆ। ਮਹਿਲਾ ਜੋ ਕਿ ਆਪਣੇ ਘਰ ਜਾ ਰਹੀ ਸੀ ਪਰ ਇਸ ਦੌਰਾਨ ਰਾਹਗੀਰਾਂ ਦੇ ਵੱਲੋਂ ਪਰਸ ਖੋ ਕੇ ਭੱਜ ਰਹੇ ਨੌਜਵਾਨ ਦਾ ਪਿੱਛਾ ਕਰਕੇ ਉਸ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ। ਰਾਹਗੀਰਾਂ ਵੱਲੋਂ ਮੌਕੇ 'ਤੇ ਹੀ ਪੁਲਿਸ ਨੂੰ ਬੁਲਾ ਕੇ ਨੌਜਵਾਨ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਗੁਰਦਾਸਪੁਰ ਤੋਂ ਲਵਪ੍ਰੀਤ ਖੁਸ਼ੀਪੁਰ ਦੀ ਰਿਪੋਰਟ। ਪੈਂਟ ਲਈ ਸੀ ਉਹਨਾਂ ਨੇ ਲੈ ਕੇ ਦਿੱਤੀ ਸੀ ਅੰਮ੍ਰਿਤਸਰ ਗਿਆ ਹਾਂ ਤੇ ਉਹਦੇ ਪੈਸੇ ਦੇਣੇ ਸੀ ਯਾਰ। ਤੇ ਫਿਰ ਚੋਰੀ ਕਰ ਲਿਆ ਪਰਸ ਖੋ ਲਿਆ ਪਰਸ ਖੋ ਲਿਆ ਹੁਣ ਵੀ ਨਸ਼ੇ ਚ ਹੀ ਆ ਹੁਣ ਵੀ ਨਸ਼ੇ ਚ ਹੀ ਆ ਨਹੀਂ ਕੋਈ ਨਸ਼ਾ ਨਹੀਂ ਕੀਤਾ ਮਮਾ ਨੂੰ ਕਿਤੇ ਪਤਾ ਨਹੀਂ ਆ ਮੈਂ ਕੋਈ ਨਸ਼ਾ ਨਹੀਂ ਕੀਤਾ ਉਮਰ ਨਾ ਗਈ ਤੇ ਲੋਕਾਂ ਨੂੰ ਬਸਰ ਹੋਣ ਖਵਾ ਕੇ ਮੱਛੀ ਪਿਆਉਂਦੇ ਨੂੰ ਕੋਈ ਨਸ਼ਾ ਨਹੀਂ ਕੀਤਾ ਮੇਰਾ ਉਹਨੂੰ ਉੱਥੇ ਬਸ ਸਟੈਂਡ ਤੋਂ ਆ ਰਹੀ ਆ ਬੇਟਾ ਆ ਰਿਹਾ ਮੈਨੂੰ ਲੈਣ ਮੋਟਰਸਾਈਕਲ ਤੇ ਤੇ ਇਸ ਤਰ੍ਹਾਂ ਹੀ ਮੈਂ ਹਾਲੇ ਫੋਨ 'ਚ ਗੱਲ ਕਰਦੀ ਆ ਰਹੀ ਤੇ ਫੋਨ ਮੈਂ ਪਰਸ 'ਚ ਪਾ ਲਿਆ ਤੇ ਪਰਸ ਮੈਂ ਗੱਲ 'ਚ ਪਾ ਕੇ ਹਾਲੇ ਕਿ ਫਿਲਹਾਲ ਗਾੜੀ ਨੂੰ ਕੀਤਾ ਹੋਇਆ ਪਰ ਫਿਰ ਵੀ ਇਹ ਭਰਾ ਆਇਆ ਇਹਨੂੰ ਪਤਾ ਨਹੀਂ ਲੱਗਾ ਮੈਨੂੰ ਪਤਾ ਨਹੀਂ ਲੱਗਣ ਦਿੱਤਾ ਕਿ ਇਹਨੇ ਪਰਸ ਕਿਹੜੇ ਵੇਲੇ ਖੋ ਲਿਆ। ਪਰਸ 'ਚ ਮੇਰਾ 2000 ਸੀ ਚਾਰ ਨੋਟ ਸੀ 500 ਦੇ ਇੱਕ ਨੋਟ ਹੈਗਾ 500 ਦਾ ਚਰਚ ਮਾਸਟਰ ਸੋਨੀਆ ਮੇਰਾ ਨਾਮ ਔਰ ਮੇਰੇ 500 ਦਾ 3 ਨੋਟ ਵੀ ਹੈਗੇ ਪਤਾ ਇਹਨੂੰ ਬਲੈਸ ਕਰੇ ਫਿਰ ਮੇਰੇ ਵਾਸਤੇ ਪ੍ਰਾਰਥਨਾ। An excellent coaching point in IELTS and spoken English. Also expert in study and visitor visa. Government approved. SS Group. Session Chowk, Hoshiarpur.